ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਠੀਕ ਠਾਕ ਹੋ? ਲਓ ਜੀ, ਜਿਹੜੀ ਅੱਜ ਵੀਡੀਓ ਲੈ ਆਏ ਹਾਂ ਜੀ, ਜੌਨ ਡੀਅਰ ਹਰੇ ਦੇ ਕਾਲੇ ਦੇ ਰੇਸ ਫਿਟਿੰਗ, ਐਕਸਟਰਾ ਰੇਸ ਫਿਟਿੰਗ। ਆਹ ਦੇਖੋ ਜੀ, ਜਿਹੜੀ ਆਪਾਂ ਪੈਰ ਵਾਲੀ, ਮਤਲਬ ਕਿ ਇੱਕ ਤਾਂ ਕੰਪਨੀ ਦਿੰਦੀ ਹੈ, ਉਹਦੇ ਇਲਾਵਾ ਨਾਲੇ ਤਾਂ ਸਟੈਂਡ ਬਣ ਜਾਂਦੇ ਪੈਰ ਰੱਖਣ ਨੂੰ। ਆਹ ਨਵੇਂ ਦੇ ਫਿਟਿੰਗ ਹੋਊਗੀ, ਤੁਸੀਂ ਦੇਖੀ ਚਲੋ ਵੀਡੀਓ ਨੂੰ, ਇਸ ਤਰੀਕੇ ਨਾਲ ਹੋਊਗੀ। ਅਤੇ ਇੱਕ ਆਪਾਂ ਬਣਾਈ ਹੈ ਜੀ ਕਾਲੇ 'ਤੇ, ਜਿਹੜੇ ਕਾਲੇ ਰੰਗ ਵਾਲੇ ਆਉਂਦੇ ਹੁੰਦੇ ਸੀਗੇ ਟਰੈਕਟਰ, ਜੌਨ ਡੀਅਰ 53 ਦਾ, ਅਤੇ ਆਹ ਦੂਜੇ ਜਿਹੜੇ ਹੁਣ ਨਵੇਂ ਲੇਟੈਸਟ ਮਾਡਲ ਆਈ ਜਾਂਦੇ ਆ। ਆਹ ਦੇਖੋ ਜੀ, ਐਂ ਲੱਗੂਗੀ ਰੇਸ। ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ। ਹਾਂ ਵੀਰੇ, ਇੱਦਾਂ ਫਿੱਟ ਹੁੰਦੇ ਆ, ਦੇਖ ਆਹ ਦੋ ਨਾਟੇ ਆ ਨਾ ਜਿਹੜੇ, ਇੱਥੇ ਫਿੱਟ ਕਰਕੇ ਇੱਦਾਂ ਇਹਨੂੰ ਪੱਤੀ ਬਣਾ ਲੈਣੀ, ਆਹ ਵਾਲੀ ਸਿੱਧੀ ਪੱਤੀ ਬਣਾ ਕੇ ਆਹ ਬੈਂਡ ਦੇ ਦਿੱਤਾ, ਠੀਕ ਆ, ਅਤੇ ਉਹਤੋਂ ਗਾਂ ਇੱਥੇ ਆਹ ਆ ਜਾਣੀ ਪੱਤੀ। ਆਹ ਆ ਗਈ ਤੇਰੀ ਸਾਰੀ ਫਿਟਿੰਗ ਹੋ ਜਾਣੀ, ਮਤਲਬ ਇਹ ਬ੍ਰੇਕ ਤੋਂ ਉੱਤੇ ਆਉਣੇ ਆ ਅਤੇ ਇੱਦਾਂ ਫਿੱਟ ਆਉਣੇ ਉਹ, ਠੀਕ ਆ। ਅਤੇ ਇਹਦੇ ਮਗਰਾਂ ਜਿਹੜੀ ਤਾਰ ਜਾਂਦੀ ਆ, ਇਹਨੂੰ ਆਲਟੋ ਦੀ ਕਲੱਚ ਵਾਲੀ ਤਾਰ ਪਾਈ ਆ, ਆਹ ਚੱਲ ਜਾਂਦੀ ਉੱਧਰ, ਕਰੋਸ ਕਰ ਲੈਣੀ ਆ ਉੱਧਰ ਕਰਕੇ, ਅਤੇ ਆਹ ਦੇ ਆਹ ਤਾਰ ਘੁੰਮ ਗਈ, ਘੁੰਮ ਕੇ ਤਾਂ ਸਿੱਧੀ ਤਾਰ ਇਹ ਚੱਲ ਗਈ ਆ ਤੇਰੀ ਰੇਸ ਵਾਲੇ 'ਤੇ। ਇੱਦਾਂ ਹੀ ਇੱਧਰ ਕਰ ਲੈਣੀ ਆ, ਉਹ ਸਟੋਪਰ ਇੱਥੇ ਲਾ ਲੈਣਾ, ਇੱਥੇ ਲਾ ਕੇ ਇੱਧਰ ਵੀ ਆ ਦੋ ਨਟ ਉਹਨਾਂ 'ਚ ਫਿੱਟ ਕਰ ਦੇਣਾ ਜਿੱਥੇ ਡੀਜ਼ਲ ਫਿਲਟਰ ਕਰੀਦਾ, ਅਤੇ ਆ ਬੈਂਡ ਪਾ ਕੇ ਪੱਤੀ ਦੀ ਪ੍ਰੋਪਰ ਪਲੇਟ ਦੇ ਨਾਲ ਆਦੇ, ਅਤੇ ਇੱਦਾਂ ਇਹਦੇ ਲੱਗ ਜਾਂਦਾ ਹੈ। ਕਰੋ ਚੈਨਲ ਨੂੰ ਸਬਸਕ੍ਰਾਈਬ।